ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਤੇ ਲੋ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਟਾਈਮ ਲਗਭਗ 10 10:30 ਦਾ ਹੈ ਮੌਕੇ ਤੇ ਤਾਂ ਆਪਣੀ ਤਿਆਰੀ ਹੈ ਵਿਆਹ ਦਾ ਪ੍ਰੋਗਰਾਮ ਹੈ ਉੱਥੇ ਜਾਣ ਦੀ ਤੇ ਉੱਥੋਂ ਦੇਖਦੇ ਆਂ 3 ਜਾਂ 4 ਵਜੇ ਆਵਾਂਗੇ ਆਪਾਂ ਤੇ ਫਿਰ ਆ ਕੇ ਕੰਟੀਨਿਊ ਕਰਾਂਗੇ ਕੰਮ ਇੱਧਰ ਨਾਟ 11 ਕੱਲ ਦਾ ਲੰਡਾ ਹੀ ਖੜਾ ਹੈ ਸਪੈਨਡਲ ਮੈਂ ਪ੍ਰਿੰਟ ਕਰ ਲਈ ਰਾਤ ਹੀ ਤੇ ਰਾਤ ਕਾਫੀ ਲੇਟ ਆਏ ਸੀ 12 1 ਵਜੇਗੇ ਸੀਗੇ ਉਦੋਂ ਬਾਅਦ ਤੇ ਮਸਾ ਕੱਲ ਵਾਲਾ ਵਲੌਗ ਹੀ ਐਡਿਟ ਹੋਇਆ ਤੇ ਹੁਣ ਆਪਣੀ ਫੇਰ ਤਿਆਰੀ ਆ। ਬਾਕੀ ਚਲੋ ਚੱਲਦੇ ਆ। ਦੇਖਦਾ ਮੈਂ ਮਾੜਾ-ਮੋਟਾ ਸ਼ੂਟ ਕਰਨਾ ਹੋਇਆ ਕਰ ਲਾਂ ਹੀ ਨਹੀਂ ਤਾਂ ਫਿਰ ਆ ਕੇ ਮਿਲਦੇ ਆਪਾਂ। ਠੀਕ ਹੈ। ਅੱਜ ਆਪਣੀ ਗੱਡੀ ਤੇ ਘਰੇ ਕੋਨੀ ਤੇ ਇਸ ਕਰਕੇ ਇਹਨੂੰ ਮਾਰ ਲਿਆ ਕਪੜਾ। ਤੇ ਵੀ ਕਹਿੰਦਾ ਹੁਣ ਆ ਗਈ ਮੇਰੀ ਯਾਦ ਆਣਾ। ਵੀ ਅੱਜ ਗੱਡੀ ਨਹੀਂ ਗਈ ਤੇ। ਆਹ ਦਿਨੋਂ ਲੈ ਕੇ ਚੱਲਦੇ ਆ। ਖੜਾ ਸੀਗਾ ਵੈਸੇ ਇਹ ਵੀ ਕਾਫੀ ਟਾਈਮ ਦਾ ਨਾ। ਸਰਵਿਸ-ਸਰਵਿਸ ਹੋਣ ਵਾਲੀ ਆ ਇਹਨ ਦੀ। ਤੇ ਮੇਰਾ ਟਾਈਮ ਹੀ ਨਹੀਂ ਲੱਗਣ ਦਿਆ ਕਰੌਣ ਦਾ। ਆਪ ਕਿ ਚਲੋ ਦੇਖਦੇ ਆਂ ਕਰਾਵਾਂਗੇ ਛੇਤੀ ਲੱਗੂਗਾ ਇਹਦਾ ਨੰਬਰ ਤੇ ਹੁਣ ਤਾਂ ਮੈਂ ਕਿਹਾ ਚਲ ਸਿਆਲ ਆ ਗਿਆ ਜਾਂ ਧੁੰਦਾ ਪੈ ਲਾ ਪੈਣੀ ਆ ਤੇ ਮੋਟਰਸਾਈਕਲ ਕਿੱਥੇ ਜਾਇਆ ਜਾਂਦਾ ਵੈਸੇ ਵੀ ਤਾਂ ਮੈਂ ਕਰਾਉਂ ਨਹੀਂ ਇਹਦਾ ਚਲ ਕੋਈ ਨਹੀਂ ਦੇਖਦੇ ਆ 2000 years later ਲੋਵੀ ਮੋਢਿਓ ਆ ਗਏ ਆਪਾਂ ਵਾਪਸ ਚਲੋ ਵੀ ਵੇਖ ਲਿਆ ਵਾ ਤੇ ਆ ਜੀ ਹੁਣ ਵਾਪਸ ਕੰਮ ਤੇ ਆਪਾਂ ਅੱਜ ਮੇਨ ਵੈਸੇ ਹੁਣ ਤਾਂ ਕੋਈ ਖਾਸ ਕੰਮ ਕੀਤਾ ਨਹੀਂ ਝੰਡੇ ਗੱਢਣ ਵਾਲਾ ਅੱਜ ਦੇ ਦਿਨ ਦਾ ਤੇ ਮੈਂ ਸੋਚਣਿਆ ਕਿ ਇੱਕ ਖਾਸ ਕੰਮ ਕਰ ਹੀ ਲਈ ਆਪਾਂ ਸੁਪਰ ਸੀਡਰ ਵਾਲਾ ਇਹਦੀ ਨਾਲ ਵੀਡੀਓ ਐਡਿਟ ਕਰਨੀ ਹੈ ਅਪਲੋਡ ਕਰਨੀ ਹੈ ਅਪਲੋਡ ਤੇ ਸਵੇਰੀ ਹੋਊਗੀ ਪਰ ਨਾ ਇੱਕ ਲਾਸਟ ਕਲਿੱਪ ਜਿਹੜੀ ਸ਼ੂਟ ਕਰਨੀ ਹੈ ਵੀਡੀਓ ਦੀ ਬਾਹਰ ਚੱਲਦੇ ਆਂ ਦੀ ਸੁਪਰ ਸੀਡਰ ਤੇ ਉਹ ਵੀਡੀਓ ਹਜੇ ਸ਼ੂਟ ਨਹੀਂ ਹੋਈ ਤੇ ਮੈਂ ਸੋਚਣਿਆ ਕਿਉਂ ਨਾ ਉਹ ਵੀਡੀਓ ਸ਼ੂਟ ਕਰ ਲਈਤੀ ਜਾਵੇ ਤੇ ਬਸ ਫਿਰ ਆਪਾਂ ਕਰਦੇ ਆਂ ਤਿਆਰੀ ਇੰਨਾ ਸੌਖਾ ਹੈ ਨਹੀਂ ਜਿੰਨਾ ਲੱਗਣਦਿਆ ਇੱਕ ਤਾਂ ਟਾਈਮ ਦੇਖ ਲਓ 5 ਵਜਣ ਵਾਲੇ ਨੇ ਠੀਕ ਆ ਤੇ ਇਹ ਵੀ ਨਹੀਂ ਕਿ ਆ ਗਿਆ ਆਪਾਂ ਸੁਪਰ ਚਾਰਜਰ ਪਾ ਕੇ ਬਾਹਰ ਵੀਡੀਓ ਸ਼ੂਟ ਕਰ ਸਕਦੇ ਆ ਕਿਉਂਕਿ ਇਹਦੇ ਚ ਥੋੜਾ ਜਿਹਾ ਟਾਈਮ ਲੱਗ ਜੂਗਾ ਇਹਨੂੰ ਵਰਕਿੰਗ ਚ ਲਿਆਉਣ ਲਈ ਆ ਜਿਹੜੇ ਆਪਾਂ ਇਹਦੇ ਸੈੱਲ ਲਾਏ ਸੀ ਨਾ ਇਹਦੇ ਚੋਂ ਪਤਾ ਨਹੀਂ ਇੱਕ ਕਿ ਦੋ ਸੈੱਲ ਨਾ ਜਿਵੇਂ ਹੀ ਡੈੱਡ ਹੋ ਗਿਆ ਵਰਕ ਹੀ ਨਹੀਂ ਕਰਦੇ ਪਏ ਬਿਲਕੁਲੀ ਰਿਸਪੌਂਸ ਹੀ ਨਹੀਂ ਕਰਨਦੇ ਕੁਝ ਵੀ ਤੇ ਇਹ ਦੇਖਣੇ ਪੈਣੇ ਆ ਕੱਢ ਕੇ ਮੈਂ ਚੈੱਕ ਕਰਦਾ ਵਾਂ ਤੇ ਵਰਕਿੰਗ ਵਾਲੇ ਸੈੱਲ ਆਪਣੇ ਕੋਲ ਇੱਥੇ ਪਏ ਹੋਣਗੇ ਉਹ ਆਪਾਂ ਯੂਜ਼ ਕਰ ਲੈਣੇ ਆ ਠੀਕ ਆ ਇੱਥੇ ਇੱਕ ਡੱਬਾ ਸੀਗਾ ਸੈੱਲਾਂ ਵਾਲਾ ਇੱਥੰਗਾ ਹੈ ਸ਼ਾਇਦ ਹਾਂ ਆ ਰਿਹਾ ਇਹਦੇ ਵਿੱਚ ਸੈੱਲ ਹੋਣਗੇ ਵਰਕਿੰਗ ਵਾਲੇ ਉਹ ਮੈਂ ਦੇਖ ਲੈਣਾ ਵਾ ਜਿਹੜੇ ਵੀ ਸਹੀ ਹੋਏ ਸੈੱਲ ਉਹ ਆਪਾਂ ਯੂਜ਼ ਕਰਨੇ ਆ ਇਹਦੇ ਵਿੱਚ ਠੀਕ ਐ ਇਹਨੂੰ ਪਹਿਲਾਂ ਰਿਪੇਅਰ ਕਰਦੇ ਆ ਸੈੱਲ ਚੇਂਜ ਕਰਦੇ ਆ ਉਦੋਂ ਬਾਅਦ ਫਿਰ ਆਪਾਂ ਬਾਅਦ ਸ਼ੂਟ ਕਰਾਂਗੇ ਉਹ ਦੇਖ ਲਾਂਗੇ ਹੁਣ ਸ਼ੂਟ ਹੁੰਦਾ ਹੁਣੇ ਕਰ ਲਾਂਗੇ ਜੇ ਰਾਤ ਨੂੰ ਵੀ ਕਰਨਾ ਪਿਆ ਤਾਂ ਆਪਾਂ ਲਾਈਟਾਂ ਲਾ ਕੇ ਰਾਤ ਨੂੰ ਵੀ ਸ਼ੂਟ ਕਰ ਲਾਂਗੇ ਠੀਕ ਐ ਮੇਨ ਕੰਮ ਆਪਾਂ ਇਹ ਕਰਨਾ ਅੱਜ ਇਹਦਾ ਕੰਮ ਡਨ ਕਰੀਏ ਫਿਰ ਵੀਡੀਓ ਵੀ ਅਪਲੋਡ ਕਰਨੀ ਐਂਦੀ ਠੀਕ ਐ ਉਸ ਤੋਂ ਬਾਅਦ ਫਿਰ ਆਪਾਂ ਸਪੈਂਡਲ ਚੇਂਜ ਕਰਦੇ ਆ ਆਪਣੇ 59 11 ਦੇ 3611 ਦਾ ਵੀ ਕੰਮ ਆਲਮੋਸਟ ਡਨ ਹੈ ਇੱਕ ਸਲੈਂਸਰ ਲਾਉਣਾ ਇਹਦਾ ਤੇ ਦੂਜਾ ਇਹਦੀ ਛਤਰੀ ਲਾਉਣੀ ਹੈ ਠੀਕ ਹੈ ਬਾਕੀ ਸਾਰਾ ਹੀ ਕੰਮ ਡਨ ਹੈ ਓਕੇ ਆ ਬਸ ਜ਼ਿਆਦਾ ਨਹੀਂ ਮੈਂ ਛੇੜਦਾ ਵੈਸੇ ਕਮੈਂਟ ਆ ਰਹੇ ਸੀ ਇਹਨਾਂ ਇੰਜਣ ਵੱਡਾ ਕਰੋ ਇੰਜਣ ਦਾ ਸਾਈਜ਼ ਜਿਹੜਾ ਵੈਸੇ ਜ਼ਰੂਰਤ ਨਹੀਂ ਹੈ ਇੰਨਾ ਜ਼ਿਆਦਾ ਨੋਟਿਸ ਨਹੀਂ ਹੁੰਦਾ ਇੰਜਣ ਇਸ ਕਰਕੇ ਆਪਾਂ ਨਹੀਂ ਮੱਥਾ ਮਾਰਦੇ ਜਮ ਓਕੇ ਦੀ ਰਿਪੋਰਟ ਹੈ ਜ਼ਿਆਦਾ ਖਲਾਰਾ ਨਹੀਂ ਪਹੁੰਦੇ ਇੱਦਾਂ ਹੀ ਵੇਖਣ ਚ ਸੋਨਾ ਲੱਗਦਾ ਪਿਆ ਹਾਂ ਰਿਮ ਵਗੈਰਾ ਸੈੱਟ ਕਰਨੇ ਉਹ ਮੈਂ ਕਰ ਲੈਣਾ ਠੀਕ ਹੈ ਉਸ ਤੋਂ ਇਲਾਵਾ ਵੈਸੇ ਤਾਂ ਆਪਾਂ ਵੀਡੀਓ ਸ਼ੂਟ ਕਰਨੀ ਹੈ ਹਜੇ ਬਾਹਰ ਅੱਜ ਤਾਂ ਦਿਨ ਸ਼ੂਟਿੰਗ ਨਹੀਂ ਹੋਈ ਅੱਜ ਦਾ ਵੈਸੇ ਮੇਰਾ ਪਲਾਨ ਸੀ ਜੇ ਆਪਾਂ ਉਧਰ ਨਾ ਜਾਂਦੇ ਤੇ ਸਵਰਾਜ 4x4 ਪਿੱਛੇ ਆਪਾਂ ਉਹ ਟਰਾਲਾ ਪਾਉਣਾ ਸੀ ਵੱਡਾ ਉਹ ਟਰਾਲਾ ਤੇ ਖਿਚਾਏ ਹੀ 4x4 ਤੋਂ ਮੈਂ ਸੋਚਿਆ ਸੀ ਕਿ ਇਹਦੇ ਨਾਲ ਵੀ ਪੰਗਾ ਲੈਨੇ ਆ ਇੱਕ ਵੀਡੀਓ ਸ਼ੂਟ ਕਰਦੇ ਆ ਫਿਰ ਉਹ ਅੱਜ ਤਾਂ ਕੰਮ ਹੋ ਜਾਣੀ ਇਹ ਕੰਮ ਆਪਾਂ ਕੱਲ ਕਰਾਂਗੇ ਠੀਕ ਆ ਕੱਲ ਸਵਰਾਜ ਪਿੱਛੇ ਪਾਉਨੇ ਆ ਵੱਡਾ ਟਰਾਲਾ ਪਲੱਸ ਹੌਲੈਂਡ ਦਾ ਲੋਡਰ ਲਾ ਕੇ ਤੇ ਹੌਲੈਂਡ ਵਿੱਚ ਵੀ ਇੱਕ ਟਰਾਲੀ ਪਾਉਣੀ ਹੈ ਕਿਉਂਕਿ ਇਹਦੀ ਵੀਡੀਓ ਸ਼ੂਟ ਹੋਈ ਨਹੀਂ ਹੁਣ ਤੱਕ ਤੇ ਇਹਦੀ ਵੀਡੀਓ ਸ਼ੂਟ ਕਰਨੀ ਹੈ ਆਪਣੇ ਜਿੰਨੇ ਵੀ ਟਰੈਕਟਰ ਨੇ ਸਾਰੇ ਲਗਭਗ ਯੂਜ਼ ਕਰ ਲਿਆ ਬਟ ਟਰਾਲੀਆਂ ਤੇ ਇੱਕ ਰਹਿ ਗਿਆ ਉਹ ਹੈ ਆਪਣਾ ਹਿੰਦਸਤਾਨ ਤੇ ਚਲੋ ਹੋਣਾ ਹੀ ਨਹੀਂ ਯੂਜ਼ ਵੈਸੇ ਵੀ ਉਹ ਰਹਿ ਗਿਆ ਅਰਜਨ ਨੋਵੋ ਉਹ ਇੱਕ ਟਰੈਕਟਰ ਰਹਿ ਗਿਆ ਤੇ ਰਾਕਟ ਦੇ ਵੀ ਕਮੈਂਟ ਆਉਂਦਾ ਹੈ ਰਾਕਟ ਚ ਚਲਾਓ ਤੇ ਬਸ ਦੇਖਦੇ ਆ ਥੋੜਾ ਜਿਹਾ ਕੰਮ ਰਹਿ ਗਿਆ ਬਾਹਰ ਮਿੱਟੀ ਵਾਲਾ ਉਹ ਮੈਂ ਕਰ ਲਾਂ ਉਦੋਂ ਬਾਅਦ ਫਿਰ ਉਹਨੂੰ ਵੀ ਚਲਾਉਨੇ ਆ ਤੇ ਵੀ 8 ਦੇ ਵੀ ਕਮੈਂਟ ਆਉਂਦੇ ਨੇ ਕਿ ਇਹਦੀ ਪਰਫਾਰਮੈਂਸ ਵਿਖਾ ਦਿਓ ਕਾਫੀ ਟਾਈਮ ਹੋ ਗਿਆ ਆਪਾਂ ਚਲਾਇਆ ਨਹੀਂ ਇਹ ਟਰੈਕਟਰ ਤੇ ਮੈਂ ਸੋਚਣ ਲਿਆ ਵਾਂ ਕਿ ਇਹਦੇ ਤੇ ਵੀ ਰਿਮੋਟ ਕਰਕੇ ਨਾ ਫਿੱਟ ਤੇ ਇਹਦੇ ਨਾਲ ਵੀ ਇੱਕ ਵੀਡੀਓ ਸ਼ੂਟ ਕਰਦੇ ਆ ਇਹ ਦੇਖਦੇ ਆ ਟਰਾਲੇ ਦਾ ਕੀ ਹਾਲ ਕਰਦਾ ਫਿਰ ਉਹਨੂੰ ਖਿੱਚਦਾ ਰੁਕਦਾ ਕੁਝ ਤੋੜਦਾ ਜਾਂ ਕੀ ਕਰਦਾ ਕੁਝ ਨਾ ਕੁਝ ਤੇ ਕਰੂਗਾ ਤੇ ਇਹਦਾ ਵੀ ਆਪਾਂ ਤਮਾਸ਼ਾ ਦੇਖਾਂਗੇ ਕੱਲ ਤੇ ਮੁਸ਼ਕਲ ਆ ਪਰਸੋਂ ਦੇਖਾਂਗੇ ਕੱਲ ਇਹਨੂੰ ਤਿਆਰ ਕਰਦਾ ਆ ਮੈਂ ਤੇ ਪਰਸੋਂ ਇਹਦੇ ਨਾਲ ਆਪਾਂ ਵੀਡੀਓ ਸ਼ੂਟ ਕਰ ਲਾਂਗੇ ਠੀਕ ਆ ਆਪ ਲਾਨ ਨੇ ਮੌਕੇ ਤੇ ਮੇਰੇ ਲੋ ਵੀ ਮੁੰਡਿਓ ਲੇਟੈਸਟ ਅਪਡੇਟ ਕੁਛ ਇਦਾਂ ਹੈ ਕਿ ਆਪਣੇ 911 ਦਾ ਸਪੈੰਡਲ ਹੋ ਗਿਆ ਠੀਕ ਟੈਰਾਂ ਦੀ ਫਿਟਿੰਗ ਜਮਾ ਓਕੇ ਦੀ ਰਿਪੋਰਟ ਹੈ ਤੇ ਆ ਜਿਹੜਾ ਪੁਰਾਣਾ ਸਪਿੰਡਲ ਹੈ ਇਹਨੂੰ ਇੱਥੇ ਮੈਂ ਠੀਕ ਕਰਤਾ ਕਰਤਾ ਮਤਲਬ ਵੀ ਕੰਮ ਚੱਲਣ ਦੇ ਪਹਿਲਾਂ ਤੇ ਫੈਵਿਕਲ ਲਾ ਕੇ ਇਹਨੂੰ ਜੋੜਦਾ ਆਪਸ ਚ ਠੀਕ ਹੈ ਤੇ ਹੁਣ ਮੇਰਾ ਪਲਾਨ ਹੈ ਕਿ ਆ ਦੇਖੋ ਆ ਮੇਕ ਹੈ ਮੈਟਲ ਦੀ ਤੇ ਇਹਨੂੰ ਇੱਥੇ ਰੱਖ ਕੇ ਨਾ ਇਸ ਜਗ੍ਹਾ ਤੇ ਇਦਾਂ ਇੱਥੇ ਰੱਖ ਕੇ ਤੇ ਉਤੋਂ ਗਰਮ ਕਰਕੇ ਇਹਨੂੰ ਅੰਦਰ ਧੱਕਦਾ ਹਾਂ ਇਹਦੇ ਠੀਕ ਹੈ ਤਾਕੀ ਇੱਥੇ ਪੂਰੀ سپورਟ ਰਹਿ ਜੇ ਕਿਉਂਕਿ ਜਦੋਂ ਇਹ ਸਪੈਂਡਲ ਟੁੱਟਦਾ ਨਾ ਇੱਥੋਂ ਹੀ ਟੁੱਟਦਾ ਐਸ ਪੁਆਇੰਟ ਤੋਂ ਤੇ ਦੋਵਾਂ ਪਾਸੇ ਇਦਾਂ ਦੀ ਮੇਕ ਲੱਗ ਜੂਗੀ ਲੋਹੇ ਦੀ ਤੇ ਫਿਰ ਇਹ ਨਹੀਂ ਟੁੱਟਦਾ ਭਾਵੇਂ ਜਿੰਨਾ ਮਰਜ਼ੀ ਜ਼ੋਰ ਲੱਗ ਜੇ ਠੀਕ ਹੈ ਇੱਥੋਂ ਉੱਤੋਂ ਭਾਵੇਂ ਟੁੱਟ ਜੇ ਪਰ ਇੱਥੋਂ ਥੱਲੇ ਨਹੀਂ ਟੁੱਟਦਾ ਤੇ ਇਹਦਾ ਵੀ ਪੱਕਾ ਪੈਂਚਰ ਲਾ ਕੇ ਰੱਖ ਲੈਨੇ ਆਪਾਂ ਐਮਰਜੈਂਸੀ ਕਦੇ ਵੀ ਕੰਮ ਆ ਸਕਦਾ ਹੈ ਠੀਕ ਹੈ ਤੇ ਇਹਦੇ ਨਾਲ ਵੀ ਮੈਂ ਇਦਾਂ ਹੀ ਕੀਤਾ ਆ ਜਿਹੜਾ ਨਵਾਂ ਸਪੈਂਡ ਲੈਂਦੇ ਫਿੱਟ ਕੀਤਾ ਨਾ ਇਹਦੇ ਚ ਆਲਰੇਡੀ ਇੱਥੇ ਮੈਂ ਮੇਕ ਲਾਤੀ ਐ ਲੋਹੇ ਦੀ ਵੈਸੇ ਪਤਾ ਨਹੀਂ ਲੱਗਦਾ ਆ ਦੇਖੋ ਇਹਦੇ ਠੀਕ ਹੈ ਇੱਕ ਤਾਂ ਇਹ ਕੰਮ ਕਰਨਾ ਆਪਾਂ ਹੋਲੈਂਡ ਦਾ ਲੋਡਰ ਲਾਤ ਹੈ ਇਹ ਵੀ ਹੁਣ ਵਿੱਲਾ ਹੈ ਤੇ ਉਸ ਦੇ ਨਾਲ ਆਪਣੇ ਸੁਪਰਸੀਡਰ ਦਾ ਸੀਨ ਕੁਛ ਇਦਾਂ ਹੈ ਕਿ ਆ ਦੇਖੋ ਦੋ ਸੈੱਲ ਜਿਹੜੇ ਆ ਹੈ ਤੇ ਪੁਰਾਣੀ ਸੀ ਵੈਸੇ ਪੁਰਾਣੀ ਬੈਟਰੀ ਦੇ ਸੈੱਲ ਕੱਢ ਕੇ ਇਹ ਮੈਂ ਫਿੱਟ ਕੀਤੇ ਆ ਤੇ ਆ ਦੋ ਸੈੱਲ ਇਹਦੇ ਚੋਂ ਕੱਢੇ ਸੀ ਜਿਹੜੇ ਕਿ ਬਿਲਕੁਲ ਖਤਮ ਹੋ ਗਏ ਨੇ ਆ ਦੇਖੋ ਜਮਾ ਸੁੱਕ ਗਿਆ ਤੇ ਇਹਨਾਂ ਨੂੰ ਮੈਂ ਟੈਸਟ ਕਰਨ ਦਿਆ ਸੀਗਾ ਸੈੱਲਾਂ ਨੂੰ ਫਿੱਟ ਕਰਨ ਤੋਂ ਬਾਅਦ ਤੇ ਟੈਸਟਿੰਗ ਚਾ ਦੇਖ ਲਓ ਆ ਸੀਨ ਹੈ ਠੀਕ ਹੈ ਇੰਨੀ ਪਾਵਰ ਕੱਢਣ ਦਿਆ ਸੋਚ ਜਲ ਜਾਂਦਾ ਇੰਨੀ ਕੋ ਸਪੀਡ ਆ ਜਾਂਦੀ ਤੇ ਜਿਹੜੀ ਬੈਟਰੀ ਦੀ ਵੋਲਟੇਜ ਆ ਉਹ ਹੈ 11 ਵੋਲਟ ਹਾਲਾਂਕਿ ਇਹ 12 ਵੋਲਟ ਦੀ ਬੈਟਰੀ ਹੈ ਜੇ ਫੁੱਲ ਚਾਰਜ ਹੋਵੇ ਤੈਨੂੰ 13 ਵੋਲਟ ਕੱਢਣੇ ਚਾਹੀਦੇ ਨੇ ਪਰ ਇਹ 10 ਵੋਲਟ 1.5 10 ਵੋਲਟ ਹੀ ਕੱਢਣ ਦਿਆ ਤੇ ਇਹਨੂੰ ਮੈਂ ਚਾਰਜ ਵੀ ਲਾਇਆ ਕਾਫੀ ਟਾਈਮ ਇੱਥੇ ਚਾਰਜ ਲਈ ਰੱਖਿਆ ਲਗਭਗ ਘੰਟਾ 2 ਘੰਟੇ ਚਾਰਜ ਲਈ ਰੱਖਿਆ ਮੰਗ ਕੇ ਹੁਣ ਚਾਰਜ ਹੋ ਜੂ ਹੁਣ ਚਾਰਜ ਹੋ ਜੂ ਪਰ 10 1.5 11 ਵੋਲਟ ਤੋਂ ਬਾਅਦ ਚਾਰਜ ਹੀ ਨਹੀਂ ਹੋਉਂਦੀ ਕਹਿੰਦੇ ਕਿ ਆ ਜਿਹੜੇ ਸੈੱਲ ਨੇ ਨਾ ਇਹ ਵੀ ਬਹੁਤ ਪੁਰਾਣੇ ਨੇ ਸੈੱਲ ਤੇ ਇਹ ਵੀ ਵਰਕ ਨਹੀਂ ਕਰਦੇ ਬਟੰਗ ਤਰ੍ਹਾਂ ਹੁਣ ਸੈੱਲ ਇਹ ਵੀ ਕੱਢਨੇ ਪੈਣੇ ਮੈਨੂੰ ਕੱਢ ਕੇ ਸੈੱਲ ਤੇ ਇੱਥੇ ਹੋਰ ਸੈੱਲ ਪਏ ਨੇ ਉਹ ਮੈਂ ਲਾ ਕੇ ਦੇਖਦਾ ਵਾਂ ਠੀਕ ਆ ਜਿਹੜੇ ਸੈੱਲ ਵਧੀਆ ਬੈਕਅਪ ਦੇਣਗੇ ਠੀਕ ਠਾਕ ਉਹ ਸੈੱਲ ਫਿੱਟ ਕਰਾਂਗੇ ਇਹਦੇ 'ਚ ਤੇ ਜੇ ਕਿਸੇ ਵੀ ਸੈੱਲ ਨੇ ਵਧੀਆ ਬੈਕਅਪ ਨਾ ਦਿੱਤਾ ਫਿਰ ਆਪਾਂ ਨੂੰ ਨਵੇਂ ਸੈੱਲ ਲਿਓਣੇ ਪੈਣੇ ਇਹਦੇ ਵਾਸਤੇ ਠੀਕ ਆ ਯਾਨੀ ਐਕਸਪੈਰੀਮੈਂਟ ਕਰਕੇ ਦੇਖਦਾ ਮੈਂ ਹੋਰ ਇੱਥੇ ਸੈੱਲ ਪਏ ਹੋਏ ਨੇ ਆ ਦੇਖੋ ਤਿੰਨ ਚਾਰ ਸੈੱਲ ਆ ਰਹੇ ਇਹਨਾਂ 'ਚ ਤੇ ਦੇਖਦਾ ਮੈਂ ਫਿੱਟ ਕਰਕੇ ਠੀਕ ਹੈ ਤੇ ਜਿਹੜੀ ਇਹਦੀ ਵੀਡੀਓ ਸ਼ੂਟ ਕਰਨੀ ਹੈ ਉਹ ਫਿਰ ਹੁਣ ਤੇ ਸ਼ੂਟ ਹੋਣੀ ਵੀ ਨਹੀਂ ਹੁਣ ਤੇ ਟਾਈਮ ਬਹੁਤ ਹੋ ਗਿਆ ਤੇ ਉਹ ਕੰਮ ਆਪਾਂ ਫਿਰ ਸਵੇਰੇ ਕਰਾਂਗੇ ਠੀਕ ਹੈ ਸਵੇਰੇ ਸਵੇਰੇ ਟਾਈਮ ਨਾਲ ਕਰਕੇ ਸ਼ੂਟਿੰਗ ਤੇ ਇਹਦਾ ਕੰਮ ਡਨ ਕਰਾਂਗੇ ਅੱਜ ਮੌਕੇ ਤੇ ਪਲਾਨ ਠੀਕ ਹੈ ਤੇ ਉਸ ਤੋਂ ਇਲਾਵਾ ਆ ਜਿਹੜਾ ਜੌਂਡੀਅਰ ਆ ਇਹਦੇ ਵਿੱਚ ਵੀ ਮੈਂ ਛੋਟੇ ਛੋਟੇ ਜਿਹਾ ਅਪਗ੍ਰੇਡ ਕਰਨੇ ਨੇ ਵੱਲ ਵੱਡੇ ਅਪਗ੍ਰੇਡ ਨਹੀਂ ਹੈ ਹੈ ਤੇ ਛੋਟੇ ਛੋਟੇ ਹੀ ਨੇ ਤੇ ਛੇਤੀ ਤੁਹਾਨੂੰ ਪਤਾ ਲੱਗ ਜਾਊਗਾ ਕੀ ਅਪਗ੍ਰੇਡ ਨੇ ਠੀਕ ਹੈ ਇਹਨੇ ਤੇ ਵੀ ਕੰਮ ਕਰਦੇ ਆਪਾਂ ਇਹ ਵੀ ਕਾਫੀ ਟਾਈਮ ਦਾ ਇਗਨੋਰ ਕਰ ਰਹੇ ਆਪਾਂ ਯਾਨੀ ਕੰਮ ਨਹੀਂ ਹੋ ਰਿਹਾ ਕਾਫੀ ਲੰਮੇ ਟਾਈਮ ਤੋਂ ਇਹਨਾਂ ਤੇ ਹੁਣ ਇਹਨੂੰ ਵੀ ਐਕਸ਼ਨ ਚ ਲਿਆਉਂਦਾ ਟਾਈਮ ਆ ਗਿਆ। ਬਹੁਤ ਵੀ ਮੁੰਡਿਓ ਮੌਕੇ ਤੇ ਸੀਨ ਕੁਛ ਇਦਾਂ ਹੈ ਕਿ ਮੈਂ ਸੈੱਲ ਚੇਂਜ ਕਰਤੇ ਆ ਠੀਕ ਹੈ ਚੇਂਜ ਕਰਕੇ ਤੇ ਆਹ ਸੈੱਲ ਇੱਥੇ ਚਾਰਜਿੰਗ ਵਾਸਤੇ ਲਾਏ ਹੋਏ ਨੇ। ਹੁਣ ਦੇਖਦੇ ਆ ਕਿ ਇਹਨਾਂ ਚ ਰਿਸਪੌਂਸ ਕਿਦਾਂ ਦਾ ਮਿਲਦਾ ਆਪਾਂ ਨੂੰ ਠੀਕ ਹੈ। ਤੇ ਇਹ ਕੰਮ ਵੈਸੇ ਤੇ ਆਪਾਂ ਸਵੇਰੇ ਹੀ ਕਰਾਂਗੇ ਹੁਣ ਟੈਸਟਿੰਗ ਨਾਲ ਜਿੰਨਾ ਵੀ ਕੰਮ ਹੈ। ਉਸ ਤੋਂ ਇਲਾਵਾ ਇੱਥੇ ਮੈਂ ਪੰਗੇ ਲੈਣ ਦਿਆ ਸੀਗਾ ਇਹਦੇ ਨਾਲ ਆ ਪਤਾ ਨਹੀਂ ਕਿਸੇ ਨੂੰ ਯਾਦ ਹੈ ਕਿ ਨਹੀਂ ਆਪਾਂ ਜੁਆਲੰਬਾਦ ਗਏ ਸੀ ਨਾ ਸਮਾਨ ਲੈਣ ਤੇ ਉਦੋਂ ਹਮੈ ਨੂੰ ਮਿਲਿਆ ਸੀ ਆਰਮੇਚਰ ਠੀਕ ਹੈ ਉਦੋਂ ਮੈਂ ਕਿਹਾ ਸੀਗਾ ਵੀ ਅੱਗੇ ਤੁਹਾਨੂੰ ਮੈਂ ਦੱਸਾਂ ਹੁਣ ਉਹਨਾਂ ਦੇ ਟਾਈਮ 'ਚ ਕੀ ਕੰਮ ਆਊਗਾ ਤੇ ਇਹਦੇ ਵਿੱਚ ਜਿਹੜੀ ਆਪਣੀ ਯੂਜ਼ ਕਰਨ ਵਾਲੀ ਚੀਜ਼ ਹੈ ਉਹ ਹੈ ਆ ਇਹਦੀ ਸ਼ਾਫਟ ਇਹਦੀ ਸ਼ਾਫਟ ਤੇ ਆ ਜਿਹੜੇ ਦੰਦੇ ਬਣੇ ਹੋਏ ਨੇ ਇਹ ਦੰਦੇ ਬਿਲਕੁਲ ਪ੍ਰੋਪਰ ਮੈਚ ਕਰਦੇ ਨੇ ਇਸ ਗਰਾਰੀ ਨਾਲ ਠੀਕ ਹੈ ਇਸ ਤਰੀਕੇ ਨਾਲ ਪ੍ਰੋਪਰ ਮੈਚ ਕਰਦੇ ਨੇ ਹੁਣ ਪਤਾ ਨਹੀਂ ਮੈਚ ਹੋਣਿਆ ਕਿ ਨਹੀਂ ਇਹ ਹਾਂ ਇਦਾਂ ਆ ਦੇਖੋ ਪ੍ਰੋਪਰ ਮੈਚ ਕਰਦੇ ਨੇ ਠੀਕ ਹੈ ਤੇ ਇਹਦੇ ਨਾਲ ਇੱਕ ਬਹੁਤ ਹੀ ਪਾਵਰਫੁੱਲ ਤਗੜਾ ਰਿਡਕਸ਼ਨ ਸਿਸਟਮ ਬਣ ਸਕਦਾ ਬਹੁਤ ਹੀ ਪਾਵਰਫੁੱਲ ਤੇ ਤੁਸੀਂ ਚੈੱਕ ਕਰ ਲਿਓ ਹੌਲੈਂਡ 5620 ਜਿਹੜਾ ਟਰੈਕਟਰ ਹੈ 3630 ਚ ਵੀ ਵੈਸੇ ਤਾਂ ਇਦਾਂ ਦਾ ਨਹੀਂ ਰਿਡਕਸ਼ਨ ਸਿਸਟਮ ਹੁੰਦਾ ਪਰ ਜਿਹੜਾ 5620 ਹੈ ਜਾਂ ਉਸ ਤੋਂ ਵੱਡੇ ਜਿੰਨੇ ਵੀ ਟਰੈਕਟਰ ਨੇ ਜਿੰਨਾਂ ਚ ਇਦਾਂ ਦਾ ਰਿਡਕਸ਼ਨ ਸਿਸਟਮ ਲੱਗਾ ਹੈ ਉਹਨਦੇ ਚੈੱਕ ਕਰ ਲਓ ਤੁਸੀਂ ਗਰਾਰੀਆਂ ਦਾ ਸਾਈਜ਼ ਨਾ ਲਗਭਗ ਇਦਾਂ ਦਾ ਹੀ ਹੁੰਦਾ ਹੈ ਇਦਾਂ ਦਾ ਮਤਲਬ ਵੀ ਐਡੀਆਂ ਕੋਈ ਗਰਾਰੀਆਂ ਨਹੀਂ ਹੁੰਦੀਆਂ ਪਰ ਆ ਜਿੱਦੀ ਛੋਟੀ ਗਰਾਰੀ ਹੈ ਉਸ ਦੇ ਅਪੋਜੀਟ ਜਿਹੜੀ ਵੱਡੀ ਗਰਾਰੀ ਹੁੰਦੀ ਹੈ ਉਹਦਾ ਸਾਈਜ਼ ਲਗਭਗ ਇੰਨਾ ਕੁ ਹੁੰਦਾ ਹੋ ਸਕਦਾ ਉਹ ਗਰਾਰੀ ਥੋੜੀ ਜਿਹੀ ਛੋਟੀ ਹੁੰਦੀ ਹੋਵੇ ਠੀਕ ਹੈ ਤੇ ਆ ਜਿਹੜਾ ਰਿਡਕਸ਼ਨ ਸਿਸਟਮ ਹੈ ਨਾ ਬਹੁਤ ਹੀ ਵਧੀਆ ਵਰਕ ਕਰਦਾ ਹੈ ਇਹ ਰਿਡਕਸ਼ਨ ਸਿਸਟਮ ਇੰਨਾ ਜਿਆਦਾ ਪਾਵਰਫੁੱਲ ਬਣ ਸਕਦਾ ਹੈ ਕਿ ਜੇ ਆਪਾਂ ਚਾਹੀਏ ਆਪਣਾ ਜਿਹੜਾ ਉਹ ਟਰੈਕਟਰ ਹੈ ਉਹਦੇ ਟਾਇਰ ਲਾ ਕੇ ਤੇ ਉਹਦੇ ਵਿੱਚ ਡਿਫਰੈਂਸ਼ੀਅਲ ਆਪਾਂ ਇੰਨਾ ਟਰੈਕਟਰਾਂ ਵਾਲਾ ਯੂਜ਼ ਕਰ ਸਕਦੇ ਆ ਠੀਕ ਹੈ ਜਿਹੜਾ ਡਿਫਰੈਂਸ਼ੀਅਲ ਆਪਾਂ ਨੋਰਮਲ ਇੰਨਾ ਟਰੈਕਟਰਾਂ ਚ ਯੂਜ਼ ਕਰਨਾ ਹੈ ਨਾ ਉਹ ਹੀ ਡਿਫਰੈਂਸ਼ੀਅਲ ਲਾ ਕੇ ਆ ਰਿਡਕਸ਼ਨ ਸਿਸਟਮ ਨਾਲ ਉਹ ਟਾਇਰ ਵਧੀਆ ਚਲਾ ਸਕਦੇ ਆ ਆ ਬਿਲਕੁਲ ਓਕੇ ਠੀਕ ਹੈ ਜਿਹੜਾ ਇੰਨਾ ਜਿਹੜਾ ਰਿਡਕਸ਼ਨ ਸਿਸਟਮ ਲਾਇਆ ਹੋਇਆ ਉਹ ਵੀ ਵੈਸੇ ਕਾਫੀ ਵਧੀਆ ਹੈ ਸਵਰਾਜ ਚ ਜਿਹੜਾ ਲੱਗਾ ਹੈ 511 ਜਿਹੜਾ ਲੱਗਾ ਪਰ ਉਹ ਕਿਤੇ ਨਾ ਕਿਤੇ ਥੋੜਾ ਜਿਹਾ ਰਿਸਕ ਰਹਿੰਦਾ ਹੈ ਕਿ ਉਹ ਇੰਨਾ ਜ਼ਿਆਦਾ ਆਪਾਂ ਆਪਾਂ ਨੂੰ ਲੱਗਦਾ ਹੈ ਕਿ ਨਹੀਂ ਪੀ ਉਹ ਰਿਡਕਸ਼ਨ ਸਿਸਟਮ ਨਹੀਂ ਕਾਮਯਾਬ ਹੋਣਾ ਆ ਜਿਹੜਾ ਰਿਡਕਸ਼ਨ ਸਿਸਟਮ ਹੈ ਇਹ ਕੋਈ ਪ੍ਰਵਾਣੇਗੇ 0% ਠੀਕ ਹੈ ਇਦਾਂ ਦੀ ਚੀਜ਼ ਹੈ ਤੇ ਆ ਜਿਹੜੇ ਆਰਮੇਚਰ ਨੇ ਨਾ ਬਹੁਤ ਹੀ ਰੇਅਰ ਮਿਲਦੇ ਨੇ ਮੇਰੇ ਏਰੀਆ ਚ ਕਿਉਂਕਿ ਇਹ ਛੇਤੀ ਛੱਡਦੇ ਨਹੀਂਗੇ ਇਦਾਂ ਦੇ ਆਰਮੇਚਰ ਤੇ ਮਿਲ ਜਾਂਦੇ ਜਿਨ੍ਹਾਂ ਚ ਆਹ ਸ਼ਾਫਟਾਂ ਨਿਕਲਦੀਆਂ ਸਕਰੂ ਡ੍ਰਾਈਵਰ ਵਾਲੇ ਉਹ ਛੇਤੀ ਛੱਡਦੇ ਰਹਿੰਦੇ ਨੇ ਪਰ ਆ ਜਿਹੜਾ ਹੈ ਨਾ ਇਹ ਮੇਰੇ ਸਾਹਮਣੇ ਇੱਕ ਡ੍ਰਿਲ ਆਰਮੇਚਰ ਹੈ ਤੇ ਇਹ ਨਵਾਂ ਹੀ ਲੈਣਾ ਪੈਂਦਾ ਪੁਰਾਣਾ ਬਹੁਤ ਹੀ ਔਖਾ ਮਿਲਦਾ ਆ ਤੇ ਉਦੋਂ ਕਬਾੜੀ ਕੋਲ ਪਿਆ ਸੀਗਾ ਮੇਰੀ ਨਿਗਾ ਪੈ ਗਈ ਮੈਂ ਕਿਹਾ ਵੀ ਚੱਕ ਲਈਏ ਤੇ ਲੈਂਦਾ ਪਾ ਠੀਕ ਹੈ ਇਹਨੂੰ ਫਿਊਚਰ ਪਲਾਨ ਨੇ ਮੇਰੇ ਹਜੇ ਇਹਦੇ ਤੇ ਆਪਾਂ ਕੰਮ ਨਹੀਂ ਕਰਦੇ ਤੇ ਉਹਨਾਂ ਵਾਲੇ ਟਾਈਮ ਤੇ ਇੱਕ ਪ੍ਰੋਜੈਕਟ ਸੋਚਿਆ ਹੋਇਆ ਬਾਲਾ ਸਰਾ ਜਾਂ ਟਰੈਕਟਰ ਉਹਦੇ ਵਾਸਤੇ ਇਹ ਸਮਾਨ ਮੈਂ ਇਕੱਠਾ ਕਰਨ ਦੇ ਆਵਾ ਠੀਕ ਹੈ ਤੇ ਫਿਲਹਾਲ ਆ ਕੰਮ ਰੋਕ ਦਿਆਂ ਭਾਈ ਇੱਥੇ ਹੀ ਤੇ ਕੰਟੀਨਿਊ ਕਰਾਂਗੇ ਸਵੇਰੇ ਠੀਕ ਹੈ ਸਵੇਰੇ ਦੇਖਦਾ ਜੇ ਤੇ ਸੁਪਰ ਸਟਰ ਹੋ ਗਿਆ ਠੀਕ ਫਿਰ ਤਾਂ ਇਸੇ ਵਲੌਗ 'ਚ ਆਪਾਂ ਬਾਹਰ ਟੈਸਟਿੰਗ ਕਰਕੇ ਸ਼ੂਟਿੰਗ ਕਰਕੇ ਫਿਰ ਆ ਵਲੌਗ ਐਂਡ ਕਰਾਂਗਾ ਮੈਂ ਤੇ ਜੇ ਨਾ ਠੀਕ ਹੋਇਆ ਸਵੇਰੇ ਆਪਾਂ ਆ ਬਲੌਗ ਐਂਡ ਕਰ ਦਾਂਗੇ ਤੇ ਇਹਦੇ ਆਸਤੇ ਫਿਰ ਆਪਾਂ ਨਵੇਂ ਸੈੱਲ ਲੈ ਕੇ ਆਵਾਂਗੇ ਠੀਕ ਹੈ ਉਹ ਆਪਾਂ ਸਵੇਰੇ ਹੀ ਕਰਾਂਗੇ ਲਓ ਵੀ ਮਿੱਤਰੋ ਸੀਨ ਐਦਾ ਨੈਕਸਟ ਡੇ ਬਲੌਗ ਕਰਨਾ ਮੈਂ ਕੰਟੀਨਿਊ ਕੰਟੀਨਿਊ ਦਾ ਆਪਾਂ ਸੈਂਡ ਹੀ ਕਰ ਲਗਾਵਾ ਤੇ ਰਾਤ ਜਿਹੜੀ ਆਪਾਂ ਇਹਦੇ ਚ ਬੈਟਰੀ ਚੇਂਜ ਕੀਤੀ ਸੀਗੀ ਠੀਕ ਹੈ ਉਦੋਂ ਬਾਅਦ ਕਾਫੀ ਟਾਈਮ ਇਹਨੂੰ ਚਾਰਜ ਲਈ ਰੱਖਿਆ ਤੇ ਹੁਣ ਮੌਕੇ ਦੇ ਹਾਲ ਦੇਖੋ ਠੀਕ ਹੈ ਕਿ ਇਹਦੀ ਵੋਲਟੇਜ ਬਿਲਕੁਲੀ ਮਰੀ ਹੋਈ ਐ ਪਹਿਲਾਂ ਮੈਂ ਸੋਚਿਆ ਸੀ ਕਿ ਬਾਹਰ ਚੱਲ ਕੇ ਨਾ ਇੱਕ ਨਿੱਕੀ ਜਿਹੀ ਆਪਾਂ ਲਈ ਆਪਾਂ ਸ਼ੂਟ ਕਰਨੀ 10 ਤੋਂ 15 ਸਕਿੰਟ ਦੀ ਤੇ ਆਪਾਂ ਸ਼ੂਟ ਕਰ ਹੀ ਲੈਨੇ ਆ ਪਰ ਫਿੱਟ ਕਰਨ ਤੋਂ ਬਾਅਦ ਜਦੋਂ ਮੈਂ ਚਲਾਇਆ ਇਹਨੂੰ ਇਹਦੀ ਸਪੀਡ ਵੇਖ ਕੇ ਮਨ ਲਾ ਲਿਆ ਸਾਬ ਇਹਨੇ ਨਹੀਂ ਚੱਲਣਾ ਪਤਾ ਨਹੀਂ ਕੀ ਪ੍ਰੋਬਲਮ ਆਉਂਦੀ ਹੈ ਇਹਦੇ ਵਿੱਚ ਤੇ ਪਤਾ ਨਹੀਂ ਕੀ ਚੱਕਰ ਹੈ ਇਹਦੇ ਡਿਜ਼ਾਈਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਦਿੱਕਤ ਆ ਰਹੀ ਹੈ ਇਹਦੀ ਵਾਇਰਿੰਗ 'ਚ ਕਿਤੇ ਕੋਈ ਦਿੱਕਤ ਆ ਰਹੀ ਹੈ ਕਿਉਂਕਿ ਆ ਇੱਕ ਸੈੱਲ ਠੀਕ ਹੈ ਸੈੱਲ ਤੇ ਆ ਵੀ ਠੀਕ ਨੇ ਵੋਲਟੇਜ ਇਹਨਾਂ 'ਚ ਫੁੱਲ ਹੈ ਜਦੋਂ ਚੈੱਕ ਕਰੀਦਾ ਇਕੱਲੇ-ਇਕੱਲੇ ਦੀ ਵੋਲਟੇਜ ਬਿਲਕੁਲ ਸਹੀ ਹੁੰਦੀ ਹੈ ਪਰ ਜਦੋਂ ਸਾਰੇ ਕਨੈਕਟ ਕਰਕੇ ਵੋਲਟੇਜ ਚੈੱਕ ਕਰੀ ਜੀ ਤਾਂ ਵੋਲਟੇਜ ਡਾਊਨ ਰਹਿੰਦੀ ਹੈ ਦੂਜੀ ਉਨੀ ਪਾਵਰ ਸੈੱਲ ਕੱਢਣ ਨਹੀਂ ਦਾ ਜਿੰਨੀ ਚਾਹੀਦੀ ਆਪਾਂ ਨੂੰ ਇਹਗਾ ਸੁਪਰ ਸੀਡਰ ਨੂੰ ਚਲਾਉਣ ਵਾਸਤੇ ਤੇ ਮੌਕੇ ਤੇ ਹੁਣ ਤੇ ਕਰੀ ਸ਼ੂਟਿੰਗ ਨਹੀਂ ਹੋ ਸਕਦੀ ਸ਼ੂਟਿੰਗ ਵਾਲਾ ਪਲਾਨ ਆਪਾਂ ਨੈਕਸਟ ਡੇ ਯਾਨੀ ਅੱਜ ਦੇ ਦਿਨ ਨੈਕਸਟ ਵਲੌਗ ਤੇ ਕਰਤਾ ਆਪਾਂ ਠੀਕ ਹੈ ਇਹਦੇ ਦਾ ਮੱਥਾ ਮਾਰਦਾ ਮੈਂ ਹੋਰ ਬੈਟਰੀਆਂ ਦੇਖਦਾ ਵਾਂ ਫਿਰ ਜਾਂ ਤਾਂ ਮੇਰਾ ਪਲਾਨ ਹੈ ਕਿ ਇੱਧਰ ਆਪਣੇ ਕੋਲ 12 ਵੋਲਟ ਵਾਲੀਆਂ ਕਾਫੀ ਬੈਟਰੀਆਂ ਪਈਆਂ ਨੇ ਤੇ ਇਹਨਾਂ ਚੋਂ ਇੱਕ ਅਧੀ ਬੈਟਰੀ ਜਿਹੜੀ ਆ ਆਪਾਂ ਯੂਜ਼ ਕਰ ਲੈਨੇ ਆ ਠੀਕ ਹੈ ਕਿਉਂਕਿ ਜਿਆਦਾ ਚਰਵੀ ਇਤਾਂ ਬੈਟਰੀਆਂ ਪਈਆਂ ਰਹਿਣ ਤੇ ਖਰਾਬ ਹੋ ਜਾਣੀਆਂ ਨੇ ਯੂਜ਼ ਆਪਾਂ ਕਰਨੀ ਦਾ ਐਸੇ ਦਾ ਅੱਜ ਤੋਂ ਹੀ ਕੰਮ ਸ਼ੁਰੂ ਕਰਨਾ ਸੀ ਇਹਨਾਂ ਤੇ ਵੀ ਵੀ ਬੈਟਰੀਆਂ ਦਾ ਵੀ ਯੂਜ਼ ਕਰਨਾ ਸੀਗਾ ਉਹਨਾਂ ਦੋਵਾਂ ਚ ਇੱਕ ਟਰੈਕਟਰ ਅੱਜ ਮੈਂ ਲਾਉਣਾ ਵਾਂ ਥੱਲੇ ਦੇਖਦੇ ਆਂ ਉਹਨਾਂ ਦਾ ਕੀ ਕਰਨਾ ਐਂਡ ਫਿਊਚਰ ਮੈਂ ਸੋਚਣ ਦੇ ਆਂ ਦੋਵਾਂ ਦੇ ਵਿੱਚ ਹੀ ਨਾ ਕੈਨਿਕਾ ਚੇਂजेस ਕਰੀਏ ਲੁੱਕ ਸ਼ੇਪ ਸਾਰਾ ਕੁਝ ਚੇਂਜ ਕਰੀਏ ਆਪਾਂ ਠੀਕ ਹੈ ਮਗਰ ਉਹ ਚਲੋ ਅੱਗੇ ਪਤਾ ਲੱਗ ਜੂਗਾ ਤੇ ਫਿਰ ਵੀ ਆਪਣੇ ਕੋਲ ਇੱਥੇ ਕਾਫੀ ਬੈਟਰੀਆਂ ਹੈਗੀਆਂ ਨੇ ਮੈਂ ਦੇਖਦਾ ਵਾਂ ਇਹਨਾਂ ਚੋਂ ਕੋਈ ਨਾ ਕੋਈ ਪੁਰਾਣੀ ਬੈਟਰੀ ਨਾ ਚੱਕ ਕੇ ਆਪਾਂ ਇੱਕ ਕਰੀ ਯੂਜ਼ ਕਰ ਲੈਨੇ ਆ ਸੁਪਰ ਸਟਰਾਸ ਤੇ ਠੀਕ ਹੈ ਤੇ ਫਿਲਹਾਲ ਮੌਕੇ ਤੇ ਵਲੌਗ ਆਪਣਾ ਇੱਥੋਂ ਤੱਕ ਹੀ ਆ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਮਿਲਦੇ ਆਂ ਨੈਕਸਟ ਵਲੌਗ ਚ ਅੱਜ ਆਪਾਂ ਪੂਰਾ ਦਿਨੇ ਇੱਥੇ ਕੰਮ ਕਰਨਾ ਨਾਲੇ ਤੈਨੂੰ ਤਿਆਰ ਕਰਦਿੰਨੇ ਆ ਨਾਲੇ ਉਹਨਾਂ ਤੇ ਗੱਲ ਕਰਦੇ ਆ ਪਲੱਸ ਜਿਹੜਾ ਬਾਹਰ ਵੀ ਉਹਦਾ ਕੀ ਬਣਦਾ ਉਹ ਵੀ ਤੁਹਾਨੂੰ ਅੱਗੇ ਪਤਾ ਲੱਗ ਜਾਊਗਾ ਠੀਕ ਹੈ ਜੀ ਚਲੋ ਮਿਲਦੇ ਹਾਂ ਨੈਕਸਟ ਵਲੌਗ ਚ